ਪੰਜਾਬੀ ਸੂਬੇ ਮੋਰਚੇ ਦਾ ਸ਼ਹੀਦ ਕਾਕਾ ਇੰਦਰਜੀਤ ਸਿੰਘ ਉਮਰ 10 ਸਾਲ ਇਹ ਭੁਪਿੰਦਰਾ ਖਾਲਸਾ ਸਕੂਲ ਮੋਗਾ ਦਾ ਵਿਦਿਆਰਥੀ ਸੀ ਅਤੇ ਇੰਨੀ ਦਿਨੀ ਘਰ ਨਾਲ ਆਇਆ ਹੋਇਆ ਸੀ। ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਰੇ ਤੋਂ ਹਿੰਦ ਸਰਕਾਰ ਪੂਰੀ ਤਰ੍ਹਾਂ ਚਿੜੀ ਹੋਈ ਸੀ, ਜਦੋਂ ਕਿ ਨਾਰੇ 'ਤੇ ਮੰਗ ਸੰਵਿਧਾਨਕ ਤੌਰ 'ਤੇ ਦੁਰਸਤ ਸੀ। ਇਹ ਬੱਚਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਰੇ ਲਗਾ ਰਿਹਾ ਸੀ। ਪੁਲਿਸ ਵਾਲਿਆਂ ਨੇ ਇਸ ਨੂੰ ਡਰਾ ਧਮਕਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਬੱਚਾ ਚੜ੍ਹਦੀ ਕਲਾ ਦੇ ਨਾਲ ਨਾਰੇ ਲਗਾਉਂਦਾ ਰਿਹਾ। ਫਿਰ ਪੁਲਿਸ ਨੇ ਆਪਣਾ ਕਰੂਪ ਚਿਹਰਾ ਦਿਖਾਉਣਾ ਸ਼ੁਰੂ ਕੀਤਾ। ਇਸ ਬੱਚੇ ਨੂੰ ਬਹੁਤ ਕੁੱਟਿਆ ਗਿਆ, ਲੱਤਾਂ ਵਿੱਚ ਗੋਲੀਆਂ ਚਲਾਈਆਂ ਗਈਆਂ। ਕਾਕਾ ਇੰਦਰਜੀਤ ਸਿੰਘ ਦੀ ਪਹਿਲਾਂ ਤੋਂ ਹੀ ਜ਼ਖਮੀ ਬਾਂਹ ਤਸੀਹੇ ਦੇ ਕੇ ਵੱਢ ਦਿੱਤੀ ਗਈ। ਪੁਲਿਸ ਵਾਲਿਆਂ ਦੀ ਦਰਿੰਦਗੀ ਦੀ ਇੱਥੇ ਬਸ ਨਹੀਂ, ਉਹਨਾਂ ਇਸ ਬੱਚੇ ਦੀਆਂ ਅੱਖਾਂ ਵੀ ਕੱਢ ਸੁੱਟੀਆਂ ਅਤੇ ਅੰਤ ਜ਼ਖਮੀ ਹਾਲਾਤ ਵਿੱਚ ਜਿਉਂਦੇ ਜੀ ਨੂੰ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਅਵਾਜ਼ਕਮ ਟੀਵੀ ਇਸ ਬੱਚੇ ਦੀ ਸ਼ਹਾਦਤ ਨੂੰ ਸਲਾਮ ਕਰਦਾ।